ਬਿਲਕੁਲ ਜੀ, ਅਸੀਂ ਹੁਣ ਜਦੋਂ ਹਰ ਇੱਕ ਬੰਦੇ ਨੂੰ ਪੁੱਛ ਰਹੇ ਹਾਂ ਵੀ ਤੁਸੀਂ ਕਿੱਥੋਂ ਇਹ ਸੰਸਥਾ ਕਰਾਇਆ, ਜੇ ਸ਼ੋਪ 'ਤੇ ਕਹਿ ਰਹੇ ਸੀ ਉਹਨਾਂ ਦੇ ਵਿਰੁੱਧ ਜਿਹੜੀ ਹੁਣ ਅੱਗੇ ਆਉਣ ਵਾਲੇ ਦਿਨਾਂ 'ਚ ਉਹਨਾਂ ਦੇ ਉੱਤੇ ਵੱਖਰੀ ਕਾਰਵਾਈ, ਕਾਨੂੰਨ ਮੁਤਾਬਕ ਕਾਰਵਾਈ ਕਰਾਂਗੇ। ਉਹਨਾਂ ਦਾ ਸੈਸ਼ਨ ਚੱਲ ਰਿਹਾ ਜੀ, ਉਹ ਉਹਨਾਂ ਨੇ ਅੱਗੇ ਕੀ ਉਹਨਾਂ ਦਾ ਪ੍ਰੋਗਰਾਮ ਆ ਸਾਰਾ ਉਹਨਾਂ ਦੇ ਮੁਤਾਬਕ ਚੱਲੂਗਾ। ਆਲਰੇਡੀ ਉੱਥੇ ਮੀਟਿੰਗਾਂ ਚੱਲ ਰਹੀਆਂ। ਹਾਂ, ਉਹਨਾਂ ਦਾ ਜੋ ਪ੍ਰੋਗਰਾਮ ਆਊਗਾ ਜਿਵੇਂ ਸਾਨੂੰ ਦੱਸਣਗੇ ਅਸੀਂ ਤਾਂ ਰੈਡੀ ਹਾਂ, ਜਿਵੇਂ ਉਹਨਾਂ ਦਾ ਪ੍ਰੋਗਰਾਮ ਹੋਊਗਾ ਉਸੇ ਤਰ੍ਹਾਂ ਕਰਾਵਾਂਗੇ। ਤੇ ਸ਼ਹਿਰ ਦੇ ਵਿੱਚ ਹੋਰ ਜਿਸ ਤਰੀਕੇ ਨਾਲ ਬੁਲਟ ਤੋਂ ਇਲਾਵਾ ਜਿਸ ਤਰ੍ਹਾਂ ਕਈ ਲੋਕ ਹੋਟਲ ਲਗਾਉਂਦੇ ਗੱਡੀਆਂ ਦੇ ਵਿੱਚ ਥੋੜ੍ਹਾ ਕਮਾਂਡ ਦਾ ਵੀ ਹੋਟਲ ਲੱਗਾ ਹੁੰਦਾ ਸਰ, ਉਹਦੇ ਨਾਲ ਬਹੁਤ ਪਰੇਸ਼ਾਨੀ ਹੁੰਦੀ ਹੈ। ਬਿਲਕੁਲ ਜੀ, ਇਹ ਪਰੇਸ਼ਾਨੀ ਅਸੀਂ ਬਿਲਕੁਲ ਖਤਮ ਕਰ ਦੇਣੀ, ਕੋਈ ਹੋਟਲ ਨਹੀਂ ਲੱਗੂਗਾ, ਕੋਈ ਪ੍ਰੈਸ਼ਰ ਹਾਰ ਨਹੀਂ ਹੋਊਗਾ, ਨੰਬਰ ਜਿਹੜੇ ਆ ਬਿਲਕੁਲ ਪ੍ਰੋਪਰ ਜੋ ਨੰਬਰ ਦਾ ਜਿਸ ਤਰ੍ਹਾਂ ਦਾ ਹੁੰਦਾ ਉਹਦਾ ਆਕਾਰ ਉਸੇ ਤਰ੍ਹਾਂ ਦੇ ਹੋਣਗੇ, ਔਰ ਵਿਦਾਊਟ ਨੰਬਰ ਨਹੀਂ ਚੱਲਣ ਦਿਆਂਗੇ, ਟਿੱਪਰ ਰਾਈਡਿੰਗ ਨਹੀਂ ਹੋਊਗੀ, ਇਹ ਜੋ ਕਾਨੂੰਨ ਮੁਤਾਬਕ ਟ੍ਰੈਫਿਕ ਦੀਆਂ ਚੀਜ਼ਾਂ ਉਹਦੇ ਮੁਤਾਬਕ ਹੀ ਅਸੀਂ ਕਰਾਵਾਂਗੇ। ਸਰ, ਗੱਡੀਆਂ ਦੇ ਮਗਰ ਸਟicker ਬੜੇ ਲੱਗੇ ਹੁੰਦੇ ਪੁਲਿਸ ਮੁਲਾਜ਼ਮਾਂ ਦੇ, ਤੇ ਸਾਡੇ ਵੱਲੋਂ ਪਹਿਲਾਂ ਵੀ ਗੱਲ ਕੀਤੀ ਗਈ ਆ ਜੀ ਸਟickerਾਂ ਦੇ, ਕੀ ਹੈ ਜਿਹੜਾ ਵੀਆਈਪੀ ਕਲਚਰ ਗੱਡੀਆਂ ਨੰਬਰ ਹੈ ਨਾ। ਬਿਲਕੁਲ ਜੀ, ਵੀਆਈਪੀ ਕਲਚਰ ਬਿਲਕੁਲ ਖਤਮ ਆ, ਔਰ ਜਿਹੜੇ ਸਟicker ਪੁਲਿਸ ਨੇ ਕਿਸੇ ਪੁਲਿਸ ਮੁਲਾਜ਼ਮ ਦਾ ਵੀ ਗੱਡੀ ਉੱਤੇ ਪ੍ਰਾਈਵੇਟ ਤੇ ਲੱਗਾ ਪਾਏਗਾ ਤਾਂ ਉਹਦੇ ਤੇ ਵੀ ਅਸੀਂ ਕਾਰਵਾਈ ਕਰਾਂਗੇ। ਸਰ, ਨੰਬਰ ਪਲੇਟ ਜਿਹੜੇ ਲੱਗੇ ਹੁੰਦੇ ਨੇ ਉਹ ਜਿਹੜੀ ਹੈ ਕਿੰਨੀ ਦੇਰ ਤੱਕ ਚੱਲਦੀ ਰਹੇਗੀ ਜਿਹੜੀ ਇਹ ਜਿਹੜੀ ਹੁਣ ਅਸੀਂ ਇਸ ਟਾਈਮ ਚੈੱਕ ਕਰਿਆ ਸਰ ਕਰਕੇ, ਹੁਣ ਉਸ ਤੋਂ ਬਾਅਦ ਅਸੀਂ ਸ਼ਹਿਰ ਦੇ ਵਿੱਚ ਪੂਰਾ ਜਿਹੜਾ ਸਾਡਾ ਪੁਰਾਣਾ ਸ਼ਹਿਰ ਆ ਇਹਦੇ ਵਿੱਚ ਛੋਟੀਆਂ ਗਲੀਆਂ ਦੇ ਵਿੱਚ ਸਾਡਾ ਬਲੈਕ ਮਾਰਕ ਚੱਲੂਗਾ, ਔਰ ਬਾਕੀ ਜ਼ੋਨ 2 ਦਾ ਜਿਹੜਾ ਰਣਜੀਤ ਐਵਨਿਊ 'ਚ, ਔਰ ਜ਼ੋਨ 3 ਦਾ ਜਿਹੜਾ ਬੱਸ ਸਟੈਂਡ ਰਾਈਟ। ਸਰ, ਆਮ ਦਿਨਾਂ ਦੇ ਵਿੱਚ ਵੀ ਆਰਐਫ ਕਿਉਂ ਸੱਦੀ ਗਈ ਸ਼ਹਿਰ ਦੇ ਵਿੱਚ? ਵੱਖਰੀਆਂ ਕੰਪਨੀਆਂ ਆਈਆਂ, ਇਸ ਪੂਰੇ ਪੰਜਾਬ ਦੇ ਵਿੱਚ ਹੀ ਆਈਆਂ ਹੋਈਆਂ ਤੇ ਸਾਡੇ ਕੋਲ ਵੀ ਆਈ ਆ, ਅਸੀਂ ਵੀ ਇਹਦੇ ਨਾਲ ਪੂਰਾ ਸ਼ਹਿਰ ਵਾਸੀਆਂ ਦੇ ਵਿੱਚ ਜਿਹੜੀ ਸੁਰੱਖਿਆ ਦੀ ਭਾਵਨਾ ਪੈਦਾ ਕਰ ਰਹੇ ਹਾਂ, ਕਿਸੇ ਨੂੰ ਇਹ ਨਾ ਲੱਗੇ ਵੀ ਅਗਰ ਕੋਈ ਸਾਨੂੰ ਕਿਸੇ ਨੂੰ ਡਰ ਹੋਆ ਪਏ ਆ, ਇੱਕ ਹੋਰ ਸਾਡੀ ਸਾਡੇ ਕੋਲ ਬਾਹਰੋਂ ਆਉਂਦੀ ਰਹਿੰਦੀ ਆ, ਹੁਣ ਵੀ ਸਾਡੇ ਕੋਲ ਆਈ ਆ ਤਾਂ ਅਸੀਂ ਇਹਨਾਂ ਤੋਂ ਪੂਰੀ ਆਪਣੀ ਡਿਊਟੀ ਲੈ ਰਹੇ ਹਾਂ। ਕੀ ਸਾਰੇ ਜਿਹੜੀ ਸੁਰੱਖਿਆ ਆਮ ਦਿਨਾਂ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਰਹੇਗੀ? ਸਾਡੀ ਜਿਹੜੀ ਪੁਲਿਸ ਆ 24 ਘੰਟੇ ਸੁਰੱਖਿਆ ਲਈ ਆ, ਇਹ ਹੋਰ ਸਾਡੇ ਕੋਲ ਕੁਝ ਦਿਨਾਂ ਵਾਸਤੇ ਆਈ ਆ, ਜਿੰਨੇ ਦਿਨ ਵੀ ਆਈ ਆ ਅਸੀਂ ਉਹਨਾਂ ਦਿਨ ਇਹਦਾਂ ਦਾ ਕੋਈ ਵਰਕਸ਼ਾਪ ਕਰਾਂਗੇ। ਤੁਸੀਂ ਸਮਝਦੇ ਨਾ ਟ੍ਰੈਫਿਕ ਨਾਲ ਕਾ ਫਰਕ ਪਏਗਾ ਜਿਸ ਤਰੀਕੇ ਨਾਲ ਤੁਸੀਂ 550 ਫੋਰਸ ਵੀ ਪਿਛਲੇ ਦਿਨ ਹੀ ਤੈਨਾਤ ਕੀਤੀ ਸੀ ਤੇ ਹੁਣ ਨਾ ਕੀਤਾ? ਬਿਲਕੁਲ ਜੀ, ਅਸੀਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਤੁਸੀਂ ਦੇਖਿਆ ਹੋਣਾ, ਆਪ ਹੀ ਤੁਸੀਂ ਦੇਖਿਆ ਹੋਣਾ ਪਿਛਲੇ 4-5 ਦਿਨ ਤੋਂ ਤੁਹਾਨੂੰ ਸ਼ਹਿਰ ਦੇ ਵਿੱਚ ਟ੍ਰੈਫਿਕ ਦਾ ਕਾਫੀ ਸੁਧਾਰ ਦਿਸਿਆ ਹੋਊਗਾ, ਲੇਕਿਨ ਆਉਣ ਵਾਲੇ 4-5 ਦਿਨ ਦੇ ਵਿੱਚ ਤੁਹਾਨੂੰ ਸ਼ਹਿਰ ਦੀ ਟ੍ਰੈਫਿਕ ਬਿਲਕੁਲ ਇਹ ਤਰੀਕੇ ਨਾਲ ਚੱਲਦੀ ਮਿਲੂਗੀ। ਉਹਦੇ ਵਿੱਚ ਜਿਹੜੀ ਜਿਹੜੀ ਕਿਤੇ ਕੋਈ ਕਮੀ ਪੇਸ਼ੀ ਆ, ਜੇ ਕਿਤੇ ਕਾਰਪੋਰੇਸ਼ਨ ਵੱਲੋਂ ਜਾਂ ਹੋਰ ਜਿਹੜੇ ਸਾਡੇ ਵੱਲੋਂ ਲੱਗਦਾ ਜ਼ਰੂਰ ਨਹੀਂ ਸਹੀ, ਉਹ ਅਸੀਂ ਸਾਰੀਆਂ ਚੀਜ਼ਾਂ ਕਰਾ ਕੇ ਸ਼ਹਿਰ ਵਾਸੀਆਂ ਨੂੰ ਚੰਗੀ ਟ੍ਰੈਫਿਕ ਦੇਵਾਂਗੇ। 100% ਸਖਤੀ ਹੋਗੀ। ਠੀਕ ਹੈ, ਥੈਂਕ ਯੂ।